ਅਸਸਲਾਮੁਅਲੈਕਮ ਅੱਜ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ ਇਸ CSS 2019 ਤੋਂ 22 ਦੇ ਵਿੱਚ ਆ ਚੁੱਕਿਆ ਆਵਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਲੇਕਿਨ ਫਿਰ ਵੀ ਤੁਸੀਂ ਇਹਨੂੰ ਤਿਆਰ ਕਰ ਲਓ ਇਹਦੇ ਅੰਦਰ ਚਾਰ ਸਵਾਲ ਆ ਤੁਸੀਂ ਜਿਹੜਾ ਇੰਪੋਰਟੈਂਟ ਸਵਾਲ ਮੈਂ ਤੁਹਾਨੂੰ ਤਿਆਰ ਕਰਵਾਉਣ ਲੱਗਾ ਵਾਂ ਬਸ ਤੁਸੀਂ ਉਹ ਤਿਆਰ ਕਰ ਲੈਣਾ ਵਾ ਬਾਕੀ ਤੁਸੀਂ ਭਲਾ ਛੱਡ ਸਕਦੇ ਆ ਪੰਜਾਬੀ ਲਹਿਸਾਨੀਅਤ ਪੰਜਾਬੀ ਲਹਿਸਾਨੀਅਤ ਨੂੰ ਡਾਕਟਰ ਮੁਹੰਮਦ ਸ਼ਬਾਦ ਨੇ ਲਿਖਿਆ ਵਾ ਡਾਕਟਰ ਮੁਹੰਮਦ ਸ਼ਬਾਦ ਨੇ ਲਿਖਿਆ ਵਾ ਤੁਸੀਂ ਇਹਨੂੰ MCQਜ਼ ਲਈ ਵੀ ਤਿਆਰ ਕਰਨਾ ਵਾ ਇਹਨਾਂ ਦਾ ਅਸਲ ਨਾਮ ਜਿਹੜਾ ਸੀਗਾ ਉਹ ਮੁਹੰਮਦ ਸ਼ਿਵਾਲਾ ਲੇਕਿਨ ਅਗਵੀ ਦੁਨੀਆ ਦੇ ਅੰਦਰ ਇਹਨਾਂ ਨੂੰ ਡਾਕਟਰ ਮੁਹੰਮਦ ਸ਼ਿਵਾਲਾ ਦੇ ਨਾਮ ਤੋਂ ਦੁਨੀਆ ਜਾਣਦੀ ਆ ਤੇ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੋਂ ਐਮਏ ਕੀਤਾ ਪੰਜਾਬ ਯੂਨੀਵਰਸਿਟੀ ਚੋਂ ਇਹਨਾਂ ਨੇ ਐਮਏ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਪੀਐਚਡੀ ਦੀ ਡਿਗਰੀ ਕੀਤੀ ਪੀਐਚਡੀ ਦੀ ਡਿਗਰੀ ਕਰਕੇ ਇਹ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੀ ਲੈਕਚਰਾਰ ਮقرਰ ਹੋ ਗਏ ਲੈਕਚਰਾਰ ਮਕਰਰ ਹੋ ਗਏ ਤੁਸੀਂ ਬਸ ਇਹਨਾਂ ਦੀ ਇੰਨੀ ਕੁ ਡਿਟੇਲ ਯਾਦ ਰੱਖਣੀ ਆ ਹੁਣ ਜਿਹੜੀ ਇਹਨਾਂ ਨੇ ਕਿਤਾਬ ਲਿਖੀ ਆ ਪੰਜਾਬੀ ਲਸਾਨੀਆਤ ਉਹਦੇ ਕਿੰਨੇ ਪਾਰਟ ਆ ਉਹ ਕਿੱਦਾਂ ਵੀ ਆ ਉਹ ਆਪਾਂ ਡਿਸਕਸ ਕਰਦੇ ਆ ਪੰਜਾਬੀ ਲਸਾਨੀਆਤ ਦੀ ਜਿਹੜੀ ਕਿਤਾਬ ਆ ਉਹਦੇ ਅੰਦਰ ਚਾਰ ਬਾਬ ਆ ਐਮਸੀਕਿਊਜ਼ ਲਈ ਤੁਸੀਂ ਤਿਆਰ ਰੱਖ ਇਹਨੂੰ ਯਾਦ ਕਰ ਲੈਣਾ ਜਿਹੜਾ ਪਹਿਲਾ ਬਾਬ ਹੈਗਾ ਪਹਿਲਾ ਪਹਿਲੇ ਬਾਬ ਦੇ ਅੰਦਰ ਕੀ ਆ ਪਹਿਲੇ ਬਾਬ ਦੇ ਅੰਦਰ ਇਹ ਆ ਕਿ ਲਸਾਨੀਆਤ ਕੀ ਆ ਲਸਾਨੀਆਤ ਕੀ ਆ ਯਾਨੀ ਲਸਾਨੀਆਦੀ ਡਿਟੇਲ ਆ ਕਿ ਇਹਨੂੰ ਜ਼ੁਬਾਨ ਕਹਿੰਦੇ ਆ ਲਿੰਗੁਇਸਟਿਕ ਕਹਿੰਦੇ ਇੰਗਲਿਸ਼ ਤੇ ਮਾਸਲੇ ਦੇ ਨਾਲ ਵਜੂਦ ਚਾਹੰਦੀ ਆ ਕਿ ਜਿੱਦਾਂ ਮਾਸਾ ਬਣਦਾ ਵਾ ਲੋਗ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਆ ਕਮਿਊਨੀਕੇਟ ਕਰਨ ਤੋਂ ਬਾਅਦ ਉਹ ਕੋਈ ਨਾ ਕੋਈ ਜ਼ੁਬਾਨ ਦਾ ਵਜੂਦ ਆਂਦਾ ਵਾ ਉਹ ਜ਼ੁਬਾਨ ਨੂੰ ਲਸਾਨੀਆਤ ਕਹਿੰਦੇ ਆ ਠੀਕ ਆ ਬਾਅਦ ਚੋਦੀ ਇਮਲਾ ਬਣਦੀ ਆ ਫਿਰ ਉਹਦਾ ਗ੍ਰਾਮਰ ਦਾ ਸਟਰਕਚਰ ਬਣਦਾ ਵਾ ਇਹ ਸਾਰੀ ਡਿਟੇਲ ਉਹਨਾਂ ਨੇ ਡਿਸਕਸ ਕੀਤੀ ਹੋਈ ਆ ਉਤਤ ਬਾਅਦ ਜਿਹੜਾ ਇਹਨਾਂ ਦਾ ਦੂਸਰਾ ਪਾਰਟ ਆ ਕਿਤਾਬ ਦਾ ਦੂਸਰੇ ਪਾਰਟ ਦੇ ਅੰਦਰ ਇਹਨਾਂ ਨੇ ਪੰਜਾਬੀ ਜ਼ੁਬਾਨ ਦਾ ਕੁੰਬਾ ਦੱਸਿਆ ਆ ਪੰਜਾਬੀ ਜ਼ੁਬਾਨ ਦਾ ਕੁੰਬਾ ਕੀ ਆ ਠੀਕ ਆ ਇਹਦੀ ਡਿਟੇਲ ਇਹਨਾਂ ਨੇ ਇਹਦੇ ਅੰਦਰ ਦੱਸੀ ਹੋਈ ਆ ਜਦਕਿ ਜਿਹੜਾ ਇਹਦਾ ਕਿਤਾਬ ਦਾ ਤੀਸਰਾ ਪਾਰਟ ਆ ਉਹ ਕਿਤਾਬ ਦਾ ਹੈਗਾ ਪੰਜਾਬੀ ਜ਼ੁਬਾਨ ਦੇ ਜਿਹੜੇ ਇਲਾਕਾਈ ਰੂਪ ਆ ਪੰਜਾਬੀ ਜ਼ੁਬਾਨ ਦੇ ਜਿਹੜੇ ਆ ਇਲਾਕਾਈ ਰੂਪ ਆ ਉਹ ਆ ਤੁਸੀਂ ਇਹਦੇ ਅੰਦਰੋਂ ਜਿਹੜਾ ਹੈਗਾ ਵਾ ਇਲਾਕਾਈ ਰੂਪ ਨੂੰ ਇੱਕ ਤਰ ਤਿਆਰ ਕਰ ਲੈਣਾ ਵਾ ਇਹ ਇੰਪੋਰਟੈਂਟ ਆ ਤੇ ਉਤ ਤੋਂ ਬਾਅਦ ਜਿਹੜਾ ਹੈਗਾ ਲਸਾਨੀਅਤ ਕੀ ਆ ਆਹ ਤੇ ਜਨਰਲ ਜਾਂ ਟੋਪਿਕ ਆ ਤੁਸੀਂ ਇੱਕ ਵਾਰੀ ਇਹਨੂੰ ਪੜ੍ਹ ਲਓ ਤੇ ਤਿਆਰ ਹੋ ਜਾਵੋ ਲੇਕਿਨ ਜਿਹੜਾ ਪੰਜਾਬੀ ਜ਼ਬਾਨ ਦਾ ਅਲਾਕਾਈ ਰੂਪ ਆ ਇਹ ਥੋੜਾ ਜਿਆ ਇਹਦੇ ਨਾਲੋਂ ਮੁਸ਼ਕਲ ਆ ਚੌਥੇ ਨੰਬਰ ਤੇ ਇਹਨਾਂ ਨੇ ਜਿਹੜਾ ਕਿਤਾਬ ਦੇ ਅੰਦਰ ਬਾਪ ਬਣਾਇਆ ਵਾ ਉਹ ਬਾਪ ਕੀ ਆ ਇਹਨਾਂ ਨੇ ਬਣਾਇਆ ਪੰਜਾਬੀ ਜ਼ਬਾਨ ਦੀ ਰਵਾਇਤ ਕੀ ਆ ਪੰਜਾਬੀ ਜ਼ਬਾਨ ਦੀ ਰਵਾਇਤ ਕੀ ਆ ਲੋ ਜੀ ਆ ਇਹਨਾਂ ਦੀ ਕਿਤਾਬ ਦੇ ਚਾਰ ਪਾਰਟ ਆ ਅੱਜ ਜਿਹੜਾ ਲੈਸਾਨੀਅਤ ਕੀਤਾ ਇਹ ਤੁਹਾਨੂੰ ਮੈਂ ਪਹਿਲੇ ਦੋ ਲਫ਼ਜ਼ਾਂ 'ਚ ਦੱਸ ਚੁੱਕੀਆਂ ਆਂ ਵਾ ਇਹੀ ਡਿਟੇਲ ਤੁਸੀਂ ਲਿਖਣੀ ਆ 8 ਨੰਬਰ ਦਾ ਆਂਦਾ ਵਾ ਜਿਹੜਾ ਪੰਜਾਬੀ ਜ਼ੁਬਾਨ ਦੇ ਇਲਾਕਾ ਹੀ ਰੂਪ ਆ ਇਹਨੂੰ ਆਪਾਂ ਹੁਣ ਡਿਸਕਸ ਕਰ ਲੈਣੇ ਆ ਕਿਉਂਕਿ ਇਹ ਇੱਕ ਇੰਪੋਰਟੈਂਟ ਟੌਪਿਕ ਵੀ ਆ ਇਹ ਸੀਐਸਐਸ ਤੇ ਪੀਐਮਐਸ ਚ ਇਹ ਇਹ ਲਿਹਾਜ਼ ਦੇ ਨਾਲ ਇੱਕ ਇੰਪੋਰਟੈਂਟ ਆ ਯਾਨੀ ਅਗਰ ਤੁਸੀਂ CSS ਸੇ ਪੰਜਾਬੀ ਲਖ ਰਹੇ ਹੋ ਤਾਂ ਤੁਹਾਨੂੰ PMSC ਵੀ ਤੇ ਪੰਜਾਬੀ ਲਖਣੀ ਚਾਹੀਦੀ ਆ ਉੱਚੇ 200 ਨੰਬਰ ਦਿਆ ਜਿਹੱਚ ਤੁਸੀਂ 170 180 ਰਾਮ ਦੇ ਨਾਲ ਲੈ ਸਕਦੇ ਆ ਤੇ ਅਗਰ CSS ਚ ਤੁਸੀਂ ਕਰ ਰਹੇ ਆ ਤਾਂ ਤੁਸੀਂ ਸੋਚੋ 90 ਨੰਬਰ ਰਾਮ ਦੇ ਨਾਲ ਲੈ ਸਕਦੇ ਆ ਜਿਹਦੀ وجہ ਤੋਂ ਤੁਹਾਡਾ ਮੈਰਿਟ ਬੂਸਟ ਕਰ ਜੂਗਾ ਲੇਕਿਨ ਇਹ ਵਕਤ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪਊਗੀ ਅਗਰ ਤੁਸੀਂ ਇਹ ਕੋ ਕੇ ਪੰਜਾਬੀ ਰਾਖਲੀਆ ਤੇ ਅਸੀਂ ਵੀ ਪੰਜਾਬੀ ਆ ਤਾਂ ਫਿਰ ਤਾਂ ਤੁਸੀਂ ਭੁੱਲ ਜਾਓ ਕਿ ਤੁਹਾਡੇ 60 ਤੋਂ ਉੱਤੇ ਨੰਬਰ ਆਓਗੇ ਹਾਂ ਇਹ ਵਕਤ ਤੁਹਾਨੂੰ ਇਹ ਪਾਸ ਕਰਵਾ ਦੂਗਾ ਯਾਨੀ ਅਗਰ ਤੁਹਾਡੇ ਕੋਈ ਕਿਤਾਬ ਪਾਸ ਨਹੀਂ ਨਾ ਹੋਰੀ ਤੇ ਤੁਸੀਂ ਫਿਰ ਪੰਜਾਬੀ ਰੱਖ ਸਕਦੇ ਆ ਲੇਕਿਨ ਅਗਰ ਤੁਸੀਂ ਕੋਈ ਨੰਬਰ ਲੈਣੇ ਆ ਫਿਰ ਤੁਹਾਨੂੰ ਪੜ੍ਹਨਾ ਹੀ ਪੈਣਾ ਹੋ چاہے ਤੁਸੀਂ ਕੋਈ ਵੀ ਕਿਤਾਬ ਰੱਖ ਲਓ ਹੁਣ ਆਪਾਂ ਡਿਸਕਸ ਕਰਦੇ ਆ ਪੰਜਾਬੀ ਵਿਵਾਨ ਦੇ ਇਲਾਕਾਈ ਰੂਪ ਹੁਣ ਆਪਾਂ ਡਿਸਕਸ ਕਰਾਂਗੇ ਪੰਜਾਬੀ ਦੇ ਮੁxtਲਫ ਲੈਂਦੇ ਮੁxtਲਫ ਇਲਾਕਿਆਂ ਦੇ ਹਿਸਾਬ ਨਾਲ ਪਹਿਲੇ ਇਥੇ ਇਲਾਕਾ ਲਿਖਿਆ ਹੋਇਆ ਵਾ ਯਾਨੀ ਇਥੇ ਜ਼ੁਬਾਨ ਦਾ ਲਹਿਜਾ ਲਿਖਿਆ ਆਇਆ ਵਾ ਇਧਰਲੀ ਜਿਹੜੀ ਲਾਈਨ ਆ ਉਥੇ ਇਲਾਕੇ ਲਿਖਿਆ ਜਿੱਥੇ ਉਹ ਬੋਲੀ ਜਾਂਦੀ ਆ ਤੇ ਇਥੇ ਮਸਾਲਾ ਦਿੱਤੀ ਆ ਮਿਸਾਲ ਦੇ ਤੌਰ ਤੇ ਜਿਹੜਾ ਪਹਿਲਾ ਹੈਗਾ ਵਾ ਮਾਜੀ ਮਾਜੀ ਲਹਿਜਾ ਲਾਹੌਰ ਗੁਰਦਾਸਪੁਰ ਦੇ ਇਲਾਕੇ ਅਜ ਬੋਲਿਆ ਜਾਂਦਾ ਵਾ ਜੇ ਇਹਦਾ ਜਿਹੜੀ ਮਸਾਲਾ ਰੋਟੀ ਖਾਦੀ ਸੂ ਯਾਨੀ ਇਹ ਇਸ ਲਹਿਜੇ ਦੇ ਨਾਲ ਇਹਦੇ ਚ ਗੱਲ ਕੀਤੀ ਜਾਂਦੀ ਏ ਜਿਹੜਾ ਅਗਲਾ ਹੈਗਾ ਉਹ ਹੈਗਾ ਦੁਆਬੀ दो अभी यानी दो तरह आवते درمیان ਇਹਦੇ ਜਿਹੜੇ ਇਲਾਕੇ ਆਉਂਦੇ ਨੇ ਨਾ ਇਲਾਕੇ ਤਾਂ ਕਾਫੀ ਆ ਲੇਕਿਨ ਤੁਸੀਂ ਇੱਕ ਇੱਕ ਦੋ ਦੋ ਯਾਦ ਰੱਖਣੀਆਂ ਯਾਨੀ ਜਲੰਧਰ ਤੇ ਹੁਸ਼ਿਆਰਪੁਰ ਯਾਨੀ ਪੇ ਨੂੰ ਕੀ ਕਹੇ ਤੇ ਕਹਿੰਦੇ ਆ ਪਿਓ ਨੂੰ ਯਾਨੀ ਪਿਓ ਨੂੰ ਇਹ ਇਲਾਕੇ ਵਾਲੇ ਕੀ ਕਹਿੰਦੇ ਆ ਪੇ ਕਹਿੰਦੇ ਆ ਨੰਬਰ 3 ਨਾ ਪੋਠੋਆਰੀ ਪੋਠੋਆਰੀ ਲੈ ਜਾ ਹੁਣ ਕਿੱਥੇ ਬੋਲਿਆ ਜਾਂਦਾ ਵਾ ਇਹ ਜੇਲਮ ਤੇ ਸਲਾਮਾਬਾਦ ਚ ਬੋਲਿਆ ਜਾਂਦਾ ਵਾ ਯਾਨੀ ਜਿੱਥੇ ਸਤਾ ਮਤਵਾ ਟੇਲੇਆ ਕਦ ਕਿਤੇ ਮੈਦਾਨ ਆ ਕਿਤੇ ਪਹਾੜ ਆ ਇਹ ਘੋੜੀ ਕਿਸਨੀ ਹੈ ਉਥੇ ਕਿਦਾਂ ਬੋਲਿਆ ਜਾਂਦਾ ਇਹ ਘੋੜੀ ਕਿਸਨੀ ਅਗਲਾ ਜਿਹੜਾ ਹੈਗਾ ਹਿੰਦਕੋ ਹਿੰਦਕੋ ਪਸ਼ਾਵਰ ਕੋਹਾਟ ਚ ਬੋਲਿਆ ਜਾਂਦਾ ਵਾ ਉਥੇ ਸਰਾਇਕੀ ਵੀ ਬੋਲੀ ਜਾਂਦੀ ਆ ਤੇ ਹਿੰਦਕੋ ਵੀ ਲੈ ਜਾ ਜਿਹੜਾ ਹੈਗਾ ਵਾ ਬੋਲਿਆ ਜਾਂਦਾ ਵਾ ਸਰਾਇਕੀ ਤੇ ਹਿੰਦਕੋ ਦੋਨੋਂ ਬੋਲੇ ਜਾਂਦੇ ਆ ਪਸ਼ਾਵਰ ਤੇ ਕੋਹਾਟ ਦੇ ਅੰਦਰ ਅਗਲਾ ਹੈਗਾ ਜੀ ਜਾੰਗਲੋ ਜਾੰਗਲੋ ਕਿੱਥੇ ਬੋਲਿਆ ਜਾਂਦਾ ਵਾ ਇਹ ਕਮਾਲੀਆਂ ਸਾਈਵਾਲ ਦੇ ਇਲਾਕੇ ਅੰਦਰ ਬੋਲਿਆ ਜਾਂਦਾ ਵਾ ਇੱਕ ਨੂੰ ਹਿੱਕ ਕਹਿੰਦੇ ਆ ਇੱਕ ਨੂੰ ਹਿੱਕ ਤੇ ਅਗਲਾ ਹੈਗਾ ਲੈ ਜਾ ਲੈਂਦੀ ਲੈਂਦੀ ਡੇਰਾ ਇਸਮਾਇਲ ਇਲਕ ਖਾਨ ਵਗੈਰਾ ਦੇ ਇਲਾਕੇ ਚ ਬੋਲਿਆ ਜਾਂਦਾ ਵਾ ਯਾਨੀ ਮੇਰਾ ਮੇਰਾ ਘੋੜਾ ਕਿਦੀਸਾ ਮੇਰਾ ਘੋੜਾ ਕਿਦੀ ਆਏ ਯਾਨੀ ਇਦਾਂ ਇਹਨਾਂ ਦਾ ਲੈ ਜਾਏ ਅਗਲਾ ਹੈਗਾ ਜੀ ਸਰਾਇਕੀ ਸਰਾਇਕੀ ਜਿਹੜਾ ਬਹਾਵਲਪੁਰ ਦੇ ਇਲਾਕੇ ਚ ਬੋਲਿਆ ਜਾਂਦਾ ਵਾ ਜਿਲਦੀ ਮਿਸਾਲ ਆ ਮੈਂਡਾ ਇਸਕ ਵੀ ਤੂੰ ਮੇਡੀ ਜਾਨ ਵੀ ਤੂੰ ਯਾਨੀ ਇਹ ਮੈਂਡਾ ਕਹਿੰਦੇ ਆ ਮੇਰੇ ਦੀ ਜਗਾ ਅੱਗੇ ਜਿਹੜਾ ਆ ਗਿਆ ਜੀ ਭਟਿਆਨੀ ਪਟਿਆਣੀ ਫਰਜ਼ੋਰ ਫਿਰੋਜ਼ਪੁਰ ਦੇ ਇਲਾਕੇ ਆ ਚ ਬੋਲਿਆ ਜਾਂਦਾ ਹੈ ਜਿੱਦਾਂ ਜਾਸੂ ਤੂੰ ਕਿੱਦਾਂ ਜਾਸੂ ਇਹਨਾਂ ਦੇ ਇਲੈਜ ਦੇ ਅੰਦਰ ਆ ਫਰਕ ਆ ਅਗਲਾ ਹੈਗਾ ਮਾਲਵੀ ਮਾਲਵੀ ਜਿਹੜਾ ਇਹ ਵੀ ਫਿਰ ਫਿਰੋਜ਼ਪੁਰ ਦੇ ਇਲਾਕੇ ਆ ਚ ਬੋਲਿਆ ਜਾਂਦਾ ਵਾ ਇਹ ਥੋੜਾ ਕਹਿੰਦੇ ਆ ਯਾਨੀ ਤੇਰਾ ਨਹੀਂ ਕਹਿੰਦੇ ਥੋੜਾ ਕਹਿੰਦੇ ਆ ਅਗਲਾ ਜਿਹੜਾ ਹੈਗਾ ਵਾ ਉਹ ਹੈਗਾ ਪੁਆਦੀ ਪੁਆਦੀ ਜਿਹੜਾ ਵਾ ਕਲੀਫ ਸ਼ਰੀਫ ਦੇ ਇਲਾਕੇ ਆ ਚ ਬੋਲਿਆ ਜਾਂਦਾ ਵਾ ਇਹ ਤੁਹਾਨੂੰ ਨਹੀਂ ਕਹਿੰਦੇ ਥਾਨੂੰ ਕਹਿੰਦੇ ਆ ਥਾਨੂੰ ਅਗਲਾ ਜਿਹੜਾ ਗੋਦਰੀਏ ਕਸ਼ਮੀਰ ਚ ਬੋਲਿਆ ਜਾਂਦਾ ਵਾ ਤੇ ਇਹ ਜਿਹੜਾ ਵਾ ਚਾਚੂ ਕਹਿੰਦੇ ਆ ਚਾਚਾ ਇਹਨੂੰ ਕੀ ਕਹਿੰਦੇ ਆ ਚਾਚੂ ਅਗਲਾ ਜਿਹੜਾ ਛਾਚੀ ਆ ਇਹ ਪੋਠੋਵਾਰੀ ਇਲਾਕਿਆਂ ਚ ਬੋਲਿਆ ਜਾਂਦਾ ਵਾ ਯਾਨੀ اسلامਾਬਾਦ ਵਗੈਰਾ ਦੇ ਇਲਾਕਿਆਂ ਚ ਜਿੱਤਾ ਕਿੱਥੇ ਚੱਲਨੇ ਹੋ ਕਿੱਥੇ ਚੱਲਨੇ ਹੋ ਯਾਨੀ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਇਸ ਸਵਾਲ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ ਇਹ ਪੀਐਮਐਸ ਦੇ ਹਿਸਾਬ ਦੇ ਨਾਲ ਵੀ ਤੇ ਸੀਐਸਰ ਦੇ ਹਿਸਾਬ ਦੇ ਨਾਲ ਵੀ ਇਹ ਸਵਾਲ ਇੰਪੋਰਟੈਂਟ ਹੈ ਬਾਕੀ ਲਸਾਨੀਆਦ ਦਾ ਤੁਸੀਂ ਸਵਾਲ ਤਿਆਰ ਕਰ ਲਓ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ ਲਈ ਕੋਈ ਜ਼ੁਬਾਨ ਚਾਹੀਦੀ ਨਹੀਂ ਹੁੰਦੀ ਆ ਉਹਨੂੰ ਲਸਾਨੀਆਦ ਲਿੰਗੁਇਸਟਿਕ ਕਹਿੰਦੇ ਆ ਬਾਅਦ ਚ ਉਹਦੀ ਮਲਾ ਆਂਦੀ ਆ ਗ੍ਰਾਮਰ ਆਂਦੀ ਆ ਬਾਅਦ ਚ ਉਹਦਾ ਸਟਰਕਚਰ ਬਣਦਾ ਵਾ ਲੋਕ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਦੇ ਆ ਉਹਨੂੰ ਤੁਸੀਂ ਆਪਣੇ ਜਨਰਲ ਲਫ਼ਜ਼ਾਂ ਚ ਵੀ ਲਿਖ ਸਕਦੇ ਹੋ ਲੇਕਿਨ ਤੁਸੀਂ ਇਹਨੂੰ ਮੁਕੰਮਲ ਤਿਆਰ ਕਰ ਲਓ ਇਸ ਤਰ੍ਹਾਂ ਤੁਹਾਡਾ ਪੰਜਾਬੀ ਲਸਾਨੀਆਦ ਵੀ ਮੁਕ ਮੈਸ ਦੋਨਾਂ ਦੇ ਹਿਸਾਬ ਦੇ ਨਾਲ ਇਹ ਦੋ ਵਾਰ ਹੀ ਆ ਚੁੱਕਿਆ ਆਇਆ ਵਾ ਇਹਦੇ ਆਉਣ ਦਾ ਚਾਂਸ ਹੈਗਾ ਕਿਉਂਕਿ ਐਗਜ਼ਾਮੀਨਰ ਜਿਹੜਾ ਹੈਗਾ ਵਾ ਉਹਨੇ 2022 ਚ ਵੀ ਸਰਪ੍ਰਾਈਜ਼ ਦਿੱਤਾ ਵਾ ਤੇ ਜਿਹੜੇ ਪੰਜਾਬੀ ਜ਼ਬਾਨ ਨੂੰ ਅਦਬ ਹੈਗਾ ਵਾ ਉਹਨੇ ਉਹਦੇ ਚ ਦੋ ਸਵਾਲ ਚੁੱਕ ਲਏ ਯਾਨੀ ਤੁਸੀਂ ਐਗਜ਼ਾਮੀਨਰ ਕੋ ਹਰ ਕਿਸਮ ਦੇ ਸਰਪ੍ਰਾਈਜ਼ ਲਈ ਤਿਆਰ ਰੋ ਲਿਆਦਾ ਤੁਹਾਨੂੰ ਮੈਂ ਇਹ ਕਹਿਣਾ ਵਾ ਤੁਸੀਂ ਇਹ ਸਵਾਲ ਤਿਆਰ ਕਰ ਲਓ ਅਗਰ ਕੋਈ ਛੱਡ ਸਕਦਾ ਵਾ ਤੇ ਉਹ ਛੱਡ ਦੇਵੇ ਲੇਕਿਨ ਕੋਸ਼ਿਸ਼ ਇਹ ਕਰਿਓ ਕਿ ਇਹ ਤਿਆਰ ਕਰ ਲਵੇ ਅਗਰ ਕਿਸੇ ਨੂੰ ਮੁਸ਼ਕਲ ਲੱਗਦਾ ਵਾ ਤੇ ਉਹਦੀ ਆਪਣੀ ਮਰਜ਼ੀ ਆ ले आदा तानू ये लेक्चर किदा दा लगा तुसी सानू लालमी अपनी रात हो आगाह करो शुक्रिया तुसी अगर बाकी सीएसएस पीएमएस के दे, लेक्चर देखना चाहते हैं तो स्कॉलर एकेडमी विजिट करो अगर आप किसी भी मुकाबला जाति इम्तिहान सीएसएस पीएमएस बीपीएससी के लिए परेशान हैं तो परेशानी छोड़ गए और स्कॉलर एकेडमी को सब्सक्राइब कीजिए और मुस्तकबिल को बेहतर बनाइए